फ्रूट भी है, अनार दा जूसा, सेवा, हाँ। जानवर तो फ्रूट भी है, जरूरी तो नहीं कि या तो कड़ाई मेरी है। गल सुनो, बाहर की चीज खाने से अपना दुध पियो, बिकी भी दस मैनू, गल सही नहीं है। वाहेगुरु जी का खालसा, वाहेगुरु जी का वाहेगुरु जी खालसा, वाहेगुरु जी की फतेह। परमात्मा की अरदास है कि तुम हमेशा खुश रहो, तंदुरुस्त रहो और चढ़दियां कलां दे विच रहो जी। सब तो पहला साढ़े कोतवाली साहब जिथे छोटे साहबजादियां नूं सूबा सरहंद ने पहला कचै अपना ना मरंडे दे विखे जेल दे विच रख्या सीगा। उस जेल दे विच गुरु महाराज की मतलब वो जेल उकणे बनाई हुई है ते गुरु महाराज की उत्थे सवारी है ते उत्थे एक आदमी ने आके गुरु ग्रंथ साहिब महाराज जी ते समझ लो ते पाठियां ते समझ लो अटैक किया। पता नहीं की भाणा वापर रहा है, ये मालक जाणदा रब जाणदा, पर यह बहुत निंदनयोग गल, इदां दे होनी नहीं सी चाहीदी। सारे वर्ल्ड दे सिखां दे मन दे विच ठेस पहुंची है इस प्रति। सो पता नहीं की कहानी बनी है, करे कराए आपे आप मानस के किसी ना ही हाथ जी, ये गल्लां ते असीं यकीन करिए तो पता नहीं की बनता। कहिंदे हुक्म अंदर सब को बाहर हुक्म ना कोई, जे इन्हां गल्लां ते असीं जिक्र करदे हां, बाणी नूं पढ़दे हां, लिखदे हां, सुणदे हां, विचारदे हां, फिर गल होर पासे में जाती है। पर यह मेरे हिसाब गल जिहियां साडियां भावनावां है, बहुत गलत होया। सो अगे मालक दे हत्थ है भी की बनना की नहीं बनना, है ना। सो अज कई बंदे दे पहला कमेंट आए थे भी तुसीं अपना जिहड़ा गन्ना है वह बीजिया तो होया है भी, पर दिखाया नहीं मुड़ के किदा उगया, क्या होया भी, जाते भी है उत्थे कि नहीं जाते। सो मैं और बिक्की दोनों जने हम गन्ना देखण चले बिंद्राख नूं, बिंद्राख जाके गन्ना देखांगे ते उस तो बाद उत्थे मासी कोल भी जावांगे, मासी दा भी आशीर्वाद लेके आवांगे ते वह भी याद करदी सीगी। ते हुण आपां करदे हां गल अगे, परिवार टाइम हो गया, सवेर दा ही टाइम है। ਇਹ ਕਹਿ ਲੱਗੀ ਕਰਨ ਸੁਖਵੀਰ ਕੌਰ, ਇਹ ਦੋਹੇ ਜਣੀਆਂ ਲੜਦੀਆਂ ਅੱਜ ਪਤਾ ਨਹੀਂ ਕਿਹੜੀ ਗੱਲ ਤੇ ਲੱਗੀਆਂ ਹੋਈਆਂ ਲੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਉਹ ਸੰਦੀਪ ਦੀ ਬਾਹ ਦਿਖਾ ਲਓ, ਸਰ ਅੱਛਾ ਦਰਦ ਹੁੰਦਾ ਉਹਦੀ ਬਾਹ ਚ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੀਦੀ ਗੱਲ ਟਾਲ ਗਈ ਜੀ। ਅੱਛਾ ਗੱਲ ਕੋਈ ਹੋਰ ਸੀ? ਨਹੀਂ ਵੈਸੇ ਇੱਕ ਗੱਲ ਹੈਗੀ ਹੈ, ਰੋਜ਼ ਮੈਸਾਂ ਵੀ ਚੁੱਕ ਕੇ ਆਉਂਦੀ ਹੈ ਇਹ, ਖਾਸੇ ਕੰਮ ਜੇ ਕਰਦੀ ਹੈ ਇਹ, ਫਿਰ ਇਹਦੀ ਬਾਂਹ ਤਾਂ ਹੁਣ ਦੁਖਣੀ ਹੁੰਦੀ ਸੁਖਵੀਰ, ਹੈ ਨਾ। ਹੁਣ ਮੈਂ ਤੈਨੂੰ ਕਹਿਣਾ ਚਾਹੁੰਦਾ ਵੀ ਇਹਦਾ ਇਹਨੂੰ ਕਹਿ ਵੀ ਤੂੰ ਇੱਕ ਕੰਮ ਕਰਿਆ ਕਰ, ਬਾਕੀ ਦੇ ਮੈਂ ਕਰਿਆ ਕਰੂੰਗੀ। ਹਾਂ ਮੈਂ ਕਹਿ ਇਹ ਖੁਦ ਬਿਮਾਰ ਹੈ, ਜੇ ਬੰਦਾ ਠੀਕ ਹੋਊਗਾ ਤਾਂ ਮੈਨੂੰ ਕਿਹੜੀ ਟੈਨਸ਼ਨ। ਸਿਵੀ ਤੂੰ ਬਿਮਾਰ ਹੈ, ਹਾਂ ਉਹ ਜਾਣ ਕੇ ਕਹਿੰਦਾ, ਨੇਤਰ ਤੇਰੇ ਮੂੰਹ ਤੇ ਸੁਣਨਾ ਚਾਹੁੰਦਾ। ਉਹ ਕੀ ਸੁਣਨਾ, ਮਿੱਟੀ ਦਾਣੀ ਵੀ ਉਹ ਜਾਣ ਕੇ ਕਹਿੰਦਾ ਤੂੰ ਦੇਖ। ਵੈਸੇ ਮੈਂ ਕਿਆ ਬੋਲਣਾ, ਤੁਸੀਂ ਤਾਂ ਪੈ ਕੇ ਠੀਕ ਹੋ ਜਾਣਾ। ਨਹੀਂ ਮੇਰੀ ਗੱਲ ਤਾਂ ਸੁਣ, ਗੋਲੀਆਂ ਗੱਲ ਥੋੜੋ ਬੰਦਾ ਠੀਕ ਹੋਊਗਾ, ਇਹਦੇ ਮਨ ਦੇ ਵਿੱਚ ਵੀ ਤਾਂ ਗੋਲੀਆਂ ਲੈਣੀਆਂ ਮੈਂ, ਤਾਕਤ ਵਾਲੀਆਂ ਤਾਕਤ ਦੀਆਂ ਗੋਲੀਆਂ ਵੀ ਫਿਰ ਕੱਲ੍ਹ ਦਵਾਤੀਆਂ ਨੇ, ਪਰ ਦਵਾਈਆਂ ਮੈਂ ਡਿਸਪੈਂਸਰੀ ਸੇ, ਭਾਵੇਂ ਉਹ ਸਸਤੀਆਂ ਹੈ ਭਾਵੇਂ ਮਹਿੰਗੀਆਂ, ਸਿੱਧੀ ਜੀ ਗੱਲ ਆ। ਕੀਵੀ ਦਾ ਫਰੂਟ ਵੀ ਆ, ਅਨਾਰ ਦਾ ਜੂਸ ਆ, ਸੇਬ ਆ, ਹਾਂ ਜਾਨਵਰ ਨੂੰ ਤਾਂ ਫਰੂਟ ਵੀ ਆ, ਜ਼ਰੂਰੀ ਤਾਂ ਨਹੀਂ ਕਿ ਕੜਾਈ। ਜਦ ਮੇਰੀ ਗੱਲ ਸੁਣੋ, ਬਾਹਰ ਦੀ ਚੀਜ਼ ਖਾਣ ਨਾਲ ਤਾਂ ਆਪਣਾ ਦੁੱਧ ਪੀਓ, ਵਿੱਕੀ ਵੀ ਦੱਸ ਮੈਨੂੰ ਵੀ ਗੱਲ ਸਹੀ ਨਹੀਂ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਇੱਕ ਕੋਲ ਖੜ ਗਈ ਆ ਕੇ ਡੰਡਾ ਜਿਹਾ ਦਿਖਾਉਂਦੀ ਆ ਦੇ ਪਿੱਛੇ ਤੇ ਵੀ ਜੇ ਮੇਰੀ ਗੱਲ ਕੱਟੀ ਲੈ। ਲੈ ਗੱਲ ਹੈਗੀ ਐਦਾਂ ਵੀ ਜੀ, ਸਵੇਰ ਟਾਈਮ ਜਾਂਦਾ ਜੀ ਦੁੱਧ ਤੋਂ, ਹਾਂ ਦੋਣ ਦੋਣ ਵੀ ਕਹਿ ਦਿੰਦੇ ਆ, ਦੋਣ ਵੀ ਕਹਿ ਦਿੰਦੇ, ਦੋਣ ਵੀ ਕਹਿ ਦਿੰਦੇ ਆ, ਵੀ ਸਵੇਰੇ 5 ਵਜੇ ਮਾਰਨਿੰਗ ਟਾਈਮ ਉੱਠ ਖੜਦੇ ਆ, ਬਈ 5 ਵਜੇ ਤੇ ਇਹਦਾ ਸ਼ੁਰੂ ਹੋ ਜਾਂਦਾ ਮੇਰੀ ਬਾਂਹ ਦੁਖਦੀ ਆ, ਹੈਂ ਉਹਦੇ ਬਾਅਦ ਜਦ ਤੱਕ ਮੈਂ ਹੱਥ ਨੂੰ ਚੋਣ ਲੱਗਦੀ ਆ ਮੇਰੇ ਅੰਗੂਠੇ ਦੁਖਦੇ ਆ, ਹੈਂ ਘਰ ਆਉਂਦੇ ਆਉਂਦਿਆਂ ਤੱਕ ਮੇਰੀ ਗਰਦਨ ਦੁਖਦੀ ਆ, ਹਾਏ ਉਹ ਮੇਰੇ ਰੱਬਾ ਡਾਕਟਰ ਡਾਕਟਰੇ ਹੋਈ ਆ ਵੀ ਘਰ ਦੇ ਵਿੱਚ। ਹੜੀ ਨਹੀਂ ਤੁਸੀਂ ਹਰੀ ਵਾਲੀ ਭਾਬੀ ਦੇਖੀ ਆ? ਜੇ ਮੇਰੀ ਬਾਂਹ ਦੁਖਦੀ ਆ ਮੈਂ ਤਾਂ ਕਹਿੰਦੀ ਆ, ਬੰਦੇ ਦਾ ਦੁੱਖ ਦੱਸੇ ਤੇ ਵੀ ਭੁੱਲ ਜਾਂਦਾ ਹੁੰਦਾ, ਅੱਧੀ ਕਿ ਰਾਤ ਇਹ ਕਹਾਵਤ ਆ ਸਿਆਣਿਆਂ ਦੀ, ਦੁੱਖ ਜਿੰਨਾ ਮੇਰਾ ਦੁੱਖ ਦੱਸੇ ਨਾ ਉਹਨਾਂ ਦੁੱਖ ਟੁੱਟਦਾ। ਹਾਂ ਮੇਰਾ ਵੀ ਦੁੱਖ ਉਂਗਲੀ ਟੁੱਟ ਜਾਣੀ ਮੇਰੀ, ਹੁਣ ਤਾਂ ਆਉਂਗਾ ਉਂਗਲੀ ਤੋੜ ਕੇ ਗੋਸਲ ਤੋਂ। ਮੈਂ ਕਿਹੜੀ ਗੱਲ ਸੁਣ ਲਾ, ਚੱਲੀ ਮੈਂ ਰਾਤ ਨੂੰ ਅੱਧੀ ਕਿ ਰਾਤ ਨੂੰ ਕਰੂਗੀ, ਉੱਧਰ ਰੀਤ ਵੀ ਉੱਠ ਖੜਦੀ ਹੈ, ਹਾਏ ਮਾਂ ਕਿਆ ਹੋ ਗਿਆ ਤੈਨੂੰ, ਮੇਰੇ ਇੱਥੇ ਜਲਨ ਹੁੰਦੀ ਹੈ। ਕੋਈ ਨਹੀਂ ਹੋਈ, ਕਿੰਨੇ ਦਿਨ ਹੋ ਗਏ ਫਾਸਟ ਫੂਡ ਛੱਡਿਆ ਹੋਇਆ। ਜੋ ਪਹਿਲਾਂ ਉਹ ਕੁਛ ਹੋਣਾ, ਐਕਸਰਾ ਕਰਵਾ ਲਿਆ, ਐਕਸਰੇ ਵਾਲਿਆਂ ਦਾ ਕੰਮ ਕਿਆ ਹੁੰਦਾ, ਉਹ ਬੰਦੇ ਨੇ ਸਲਾਹ ਦੇਣੀ ਜਿਹੜੇ ਡਾਕਟਰ ਨਾਲ ਉਹਦਾ ਟਾਈ ਅਪ ਹੁੰਦਾ। ਹਾਂ ਹਾਂ ਹੁੰਦੀ ਹੁੰਦੀ ਹੈ ਗੱਲ, ਹਾਂ ਵੀ ਮੈਂ ਤੁਹਾਡੇ ਕੋਲ ਮਰੀਜ਼ ਭੇਜਿਆ, ਹਾਂ ਆਏ ਹਾਂ ਉਹਨੇ ਗੱਲ ਕਰੀ ਵੀ ਡਾਕਟਰ ਆ ਉਹ ਸਰਕਾਰੀ ਹਸਪੀਟਲ ਚ, ਨਾਂ ਭੁੱਲ ਗਿਆ ਉਹਦਾ, ਕਿਹਾ
ਕਹਿੰਦਾ ਵੀ ਮਹਾਂਵੀਰ ਦੇ ਕੋਲ ਤਾਂ ਭੀੜ ਬਹੁਤ ਹੁੰਦੀ ਹੈ, ਇੱਕ ਪੇਸ਼ੈਂਟ ਬਹੁਤ ਸਲੋਹ ਦਿਖਦਾ, ਇਹਨੂੰ ਓਪਰੇਸ਼ਨ ਦਾ ਟਾਈਮ ਹੋ ਜਾਂਦਾ, 10-15 ਕੁ ਪੇਸ਼ੈਂਟ ਭਗਤਾਉਂਦਾ ਵੀ ਉੱਥੇ ਤਾਂ ਉੱਠ ਕੇ ਜਾਂਦਾ। ਕਹਿੰਦਾ ਉਹ ਤਾਂ ਪ੍ਰਾਈਵੇਟ ਦਿਖਦਾ, ਫਲਾਣੀ ਜਗ੍ਹਾ ਬਹਿੰਦਾ ਉਹ, ਉੱਥੇ ਜਾਓ। ਇਹਨੇ ਮੇਰੇ ਕੱਪੜੇ ਪਾੜੇ ਪਏ ਆ ਵੀ ਉੱਥੇ ਜਾਣਾ, ਉਹਨੂੰ ਦਿਖਾਉਣਾ, ਹੋਇਆ ਵਾ ਕੁਛ ਨਹੀਂ, ਨਾ ਕੋਈ ਹੱਡੀ ਫੈਕਚਰ ਆ ਨਾ ਕੁਛ ਆ, ਹੁਣ ਜਿਹੜੇ ਮਾਸਪੇਸ਼ੀਆਂ ਨੂੰ ਇੱਥੇ ਖਿੱਚ ਪਈ ਵੀ ਹੈ, ਮਸਲ ਟੁੱਟੇ ਵੇ ਆ, ਉਹ ਜੁੜਨੇ ਆ, ਉਹ ਦਰਦ ਤਾਂ ਹੋਣਾ ਹੀ ਆ। ਚਲੋ ਕਰ ਤੂੰ ਨੀ ਬੋਲਦੀ ਕੁਦ ਕਹਿ ਚਾਚੇ ਡਰਾਇਆ ਕਰ, ਡਰਾਉਣ ਨੂੰ ਇਹ ਭੂਤ ਨੀ ਹੈ, ਡਰਾਉਣ ਨੂੰ ਚੜੇਲ ਹੈ, ਪੁੱਠੇ ਪੈਰ ਵਾਲੀ ਹੈ, ਚੱਪਲਾਂ ਇਹ ਵੀ ਪੁਸ਼ਪਾ ਫੜ ਕੇ ਦਿਖਾਉਂਦਾ ਹੁਣ ਡਾਕਟਰਾਂ ਨੇ ਵੀ ਤਾਂ ਕਰਨਾ, ਮੋਬਾਈਲ ਪਰ ਹੈ ਚਲ ਉਹ ਠੀਕ ਹੈ, ਇਹ ਉਹ ਨੇ ਡਾਕਟਰ ਨੇ ਕਿਹਾ ਨੀ ਵਿੱਕੀ ਆਪ ਤਾਂ ਫੋਨ ਛੱਡਦਾ ਨੀ ਭਾਬਰੀਆ ਤੇ, ਇੱਥੇ ਕਦਾ ਕਦਾ ਗਾਲ ਹੋ ਗਿਆ ਮੇਰੇ ਚੱਪਲ ਪੈ ਜਾ। ਚਲੋ ਫਿਰ ਚੱਲੀ ਵਿੱਕੀ ਹੀ ਬੰਦ ਬੈਠੋ ਜੀ, ਚਲੋ ਗੱਲ ਬੰਦ ਕਰ, ਚੱਲ ਰਹਿਣ ਦੇ, ਆ ਦੇਖ ਲੈ ਮੇਰਾ ਮੁੰਡਾ ਸੰਭਰ ਦਾ ਦੇਖਦਾ, ਚੱਲ ਚੱਲੀ ਓਕੇ ਬਾਏ। ਚਲੋ ਪਹੁੰਚ ਗਿਆ ਜੀ ਖੇਤ ਦੇ ਵਿੱਚ, ਬਸ ਉਦਣ ਬਾਈ ਨੇ ਮੀਂਹ ਪੈਣ ਦੇ ਜਿਹੜੇ ਸਿੱਕੜੀ ਜੀ ਭੰਨੀ ਤਾਂ ਹੈਗੀ ਸੀ, ਉਸ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਮੀਂਹ ਪਿਆ ਉਹਦੇ ਨਾਲ ਫਿਰ ਸਿੱਕੜੀ ਜੀ ਬਣ ਗਈ, ਜਾਣੀ ਜਿਹੜੀਆਂ ਅੱਖਾਂ ਨਿਕਲਦੀਆਂ ਜੀ ਖਲਿਪੜੀਆਂ ਜੀਆਂ ਪੱਟ ਕੇ ਨਿਕਲਦੀਆਂ ਉੱਪਰ ਤੇ, ਆਹ ਦੇਖੋ ਅਤੇ ਜਿਹੜਾ ਬਰੂ ਆ ਉਹਦੇ ਵਾਸਤੇ ਅਸੀਂ ਕੋਈ ਮਿਹਨਤ ਕਰਦੇ ਨਹੀਂ ਹੈਗੇ, ਨਾ ਉਹ ਸੌਰੀ ਦਾ ਨਾ ਕੋਈ ਖਲਿਪੜੀ ਪੱਟ ਰਿਹਾ ਨਾ ਕੁਛ, ਆਪਣੀ ਹਰਾਈ ਹੈ ਨਾ ਖੇਤ ਦੇ ਵਿੱਚ ਝਲ ਮਿਲਾ ਰਹੀ ਆ ਉਹਦੀ, ਹਾਂ ਪਰ ਉਹਨੂੰ ਦੇਖ ਕੇ ਦੁੱਖ ਹੁੰਦਾ ਵੀ ਇਹ ਸਾਨੂੰ ਇਹਦੀ ਜ਼ਰੂਰਤ ਨਹੀਂ ਹੈਗੀ, ਅਤੇ ਇਹ ਬੇਫਾਇਦੀ ਹਰਾਈ ਮਾਰ ਰਿਹਾ ਜਿਹਦੇ ਪਰ ਅਸੀਂ ਇੰਨੀ ਮਿਹਨਤ ਕਰੀ ਵੀ ਹੈ ਗੰਨੇ ਪਰ, ਅਤੇ ਉਹ ਵਿਚਾਰਾ ਜ਼ੋਰ ਮਾਰ ਕੇ ਨਿਕਲ ਰਿਹਾ ਵਿੱਚ, ਅਤੇ ਇੱਧਰ ਇਹ ਖੇਤ 'ਚ ਨਹੀਂ ਹੈਗਾ ਜੀ, ਇਹ ਪਤਾ ਨਹੀਂ ਇਹਦੇ 'ਚ ਨਾ ਮਿੱਟੀ ਪਈ ਸੀ ਨਾ ਚੱਕ ਥੱਲ ਕਰਕੇ, ਵੈਸੇ ਜ਼ੋਰ ਤਾਂ ਹੋਰ ਵੀ ਲੱਗਿਆ ਵਾ ਗੰਨੇ ਦਾ, ਦੇਖੋ ਕਿਹੜੇ ਹਿਸਾਬ ਨਾਲ ਇਹਨੇ ਪਟਾਈ ਕਰਕੇ ਬਾਹਰ ਨਿਕਲਿਆ, ਥੱਲੇ ਗਿੱਲ ਤਾਂ ਹੈਗੀ ਹੈ ਇਹਨਾਂ ਦਾ, ਹੈਗਾ ਇਹਦੇ 'ਚ ਤਾਂ ਗੰਨਾ ਸੋਹਣਾ ਹੋਇਆ ਵਾ, ਇੱਧਰ ਦਿਖਦਾ ਇਹਨਾਂ ਲਾਈਨ ਵਾਈਜ਼ ਲਾਈਨ, ਮਹਾਰਾਜ ਦੀ ਕਿਰਪਾ ਨਾਲ ਹੁਣ ਆਹ ਮੁੜ ਕੇ ਵਿੱਚੇ ਫਸੀ ਪਿਆ ਸੀ ਇਹਦੀ, ਬਾਹਰ ਨਿਕਲਣ ਨੂੰ ਉਹਨੇ ਜ਼ੋਰ ਪੂਰਾ ਲਾਇਆ ਵਾ। ਚੱਲ ਹਾਂ ਉਹਰੇ ਨੂੰ ਆ ਜਾ, ਉਹਰੇ ਨੂੰ ਆ ਜਾ, ਉਹਰੇ ਨੂੰ ਆ ਜਾ, ਹਾਂ ਇਹਦੇ 'ਚ ਪੱਛੇ ਅੱਗੇ ਪਿੱਛੇ ਹੋਈ ਵੀ ਹੋਣੀ ਯਾਰ, ਕਿ ਲੱਭ ਦੇਖ ਤਾਂ ਹੈਗੀ ਆ
ਤਰੂਗੀ ਜਾਂ ਫਿਰ ਅੱਖ ਉੱਖ ਮਰੀ ਵੀ ਹੋਣੀ ਆ ਇਹੀ ਕੰਮ ਹੋਊਗਾ ਜੜਤਾ ਬਣੀ ਵੀ ਆ ਜੜ ਬਣੀ ਹੋਈ ਆ ਇਹਦੀ ਅੱਖ ਥੱਲੇ ਨੂੰ ਹੋਊਗੀ ਨਿਕਲ ਕੇ ਆਊਗੀ ਕਿਸੇ ਦੀ ਅੱਖ ਥੱਲੇ ਆ ਜਾਂਦੀ ਕਿਸੇ ਦੀ ਉੱਪਰ ਆ ਜਾਂਦੀ ਉੱਪਰ ਵਾਲੀ ਛੇਤੀ ਤੁਰ ਪੈਂਦੀ ਆ ਹਾਂ ਹੁਣ ਤੂੰ ਕੀ ਕਹਿੰਦਾ ਕਰਨ ਇਹ ਤਾਂ ਮੈਂ ਪੁੱਤ ਹੁਣ ਤਾਂ ਮੈਂ ਦਿਖਾ ਕੇ ਗਿਆ ਅਸੀਂ ਦਿਖਾ ਕੇ ਗਿਆ ਬਸ 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 ਰਹਿਣ ਦੇ ਰੋਕੋ ਨਹੀਂ ਰੱਖਦੇ ਉੱਪਰ ਉਹਨੂੰ ਸਿੱਧੀ ਧੁੱਪ ਲੱਗਣ ਲੱਗ ਜਾਣੀ ਨਾ ਪਾਣੀ ਮੰਗਣ ਲੱਗ ਜਾਣਾ ਛੇਤੀ ਉਹ ਪਾਣੀ ਹੈਗਾ ਮੰਗ ਵਾ ਹੋ ਜੂ ਪੰਗਾ ਗਿੱਲ ਤਾਂ ਥੱਲੇ ਹੈਗੀ ਆ ਯਾਨੀ ਫਿਰ ਵੀ ਹੁਣ ਪਾਣੀ ਦਾ ਜਗਾੜ ਮਿੰਟ ਤਾਂ ਦੇਖਣਾ ਪੈਣਾ ਹੁਣ ਧੁੱਪ ਬਹੁਤ ਪੈਣੀ ਆ ਤਾਂ ਮੀਂਹ ਵੀ ਦੱਸਿਆ ਵਾ ਦੋ ਦਿਨ ਤੱਕ ਅੱਛਾ ਹਾਂ ਕਰਨਾ ਵੇਟ ਚੱਕ ਕੇ ਪੁੱਤ ਸੁੱਟ ਗਿਆ ਬਾਹਰ ਆਪਣੇ ਖੇਤ ਦੀ ਸਫਾਈ ਨਾਲ ਦੀ ਨਾਲ ਕਰੀ ਜਾਈਦੀ ਹੁੰਦੀ ਆ ਨਾਲੇ ਐਂ ਨਾ ਸਹਿਤ ਉਹਨੇ ਦੋ ਤਿੰਨ ਡੱਕੇ ਤੋੜ ਦੇਣੇ ਗੰਨੇ ਦੇ ਬਸ ਸਰ ਗਿਆ ਇਹਦੇ ਪਰ ਤਾਂ ਆਪਣਾ ਜ਼ੋਰ ਲੱਗਿਆ ਵਾ ਸਾਰੇ ਬਾਕੀ ਤਾਂ ਹੈ ਨੀ ਜ਼ਿਆਦਾ ਫਿਰ ਕਿਸੇ ਦਿਨ ਐਂ ਕਰਾਂਗੇ ਬਈ ਮੜੀ ਕੋਹਲੀ ਚੱਕ ਕੇ ਇਹਦੇ ਵਿੱਚ ਕਿਤੇ ਕਿਤੇ ਘੁੰਮਾ ਵੀ ਜਾਵਾਂਗੇ ਟਾਈਮ ਤਾਂ ਕੋਈ ਐਡਾ ਜ਼ਿਆਦਾ ਲੱਗਣਾ ਵੀ ਨਹੀਂ ਹੈਗਾ ਸਾਫ਼ ਸਾਫ਼ ਹੀ ਜਿੱਥੇ ਜਿੱਥੇ ਲੱਗਦਾ ਹੈ ਜਿੱਥੇ ਆਹ ਲੱਗਿਆ ਮੰਨ ਲਾ ਆਹ ਹੋ ਗਿਆ ਆਹ ਹੋ ਗਿਆ ਇਹ ਖੇਤ 'ਚ ਤਾਂ ਘੁੰਮ ਜੂਗੀ ਬਰੂ ਜ਼ਿਆਦਾ ਤਾਂ ਬਰੂ ਵਾਲੇ ਦਾ ਹੈ ਅਤੇ ਉਹ ਬਰੂ ਦਾ ਹੀਲਾ ਹੋ ਜਾਵੇ ਸਾਡੇ ਦਾ ਤਾਂ ਠੀਕ ਹੈ ਬਰੂ ਨੇ ਤਾਂ ਕਿਉਂ ਫਿਰ ਜ਼ਿਆਦਾ ਹੁਣ ਰੇਹ ਰੂਹ ਪਾਉਣਾ ਤਾਂ ਉਹਨੇ ਬਰੂ ਨੇ ਸਾਰੇ ਕੀ ਤਾਕਤਾਂ ਲਈ ਜਾਣੀਆਂ ਗੰਨੇ ਨੂੰ ਵਿਚਾਰੇ ਨੂੰ ਮਿਲਣਾ ਨਹੀਂ ਕੁਛ ਗੰਨੇ ਵਾਸਤੇ ਤਾਂ ਅਸੀਂ ਸੰਘਰਸ਼ ਲੱਗੇ ਹੋਏ ਕਾਰਨ ਵੀ ਜੇ ਹੋ ਜਾਵੇ ਕੁਛ ਚਲੋ ਦੇਖਦੇ ਹੁਣ ਅਗਲਾ ਪ੍ਰੋਗਰਾਮ ਕਿਆ ਬਣਦਾ ਵੈਸੇ ਹੈ ਤਾਂ ਯਾਰ ਜਿਹੜੀ ਸਿੱਕੜੀ ਜੀ ਬੰਨੀ ਆ ਰਹੀ ਕਿਹੜੇ ਹਿਸਾਬ ਨਾਲ ਉਹ ਵਿੱਕੀ ਇਹਦੀ ਤਾਂ ਨਾ ਇੰਨੀ ਤਾਕਤ ਹੈ ਚਮੜੇ 'ਚੋਂ ਵੀ ਬਾਹਰ ਨਿਕਲ ਜਾਂਦਾ ਇਹ ਜ਼ੋਰ ਤੋਂ ਲੱਗ ਲੈਂਦਾ ਜ਼ੋਰ ਮਾੜਾ ਮਾੜਾ ਜ਼ੋਰ ਤਾਂ ਲੱਗਣੀ ਆ ਦੇਖ ਜਦ ਆਪਣੀ ਉਂਗਲੀ ਦੱਸਦੀ ਹੈ ਵਿੱਚ ਲੈ ਤਾਂ ਇਹ ਕੋਈ ਸਿੱਕੜੀ ਨਹੀਂ ਹੈਗੀ ਫਿਰ ਇਹ ਦੇਖੀ ਕਿੰਨੀ ਕਦਾ ਖੜ ਜਾਂਦਾ ਆਹ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਯਾਰ ਇਹ ਨਾਲੇ ਊਂ ਵੀ ਤੈਨੂੰ ਪਤਾ ਵੀ ਰੇਤਾ ਟਾਈਪ ਹੈਗਾ ਇਹ ਜੇ ਜਮਾਂ ਹੀ ਡਾਕਰ ਹੋਵੇ ਫਿਰ ਮੰਨਦਾ ਮੈਂ ਕਿਆ ਕਰੀ ਜਾਂਦਾ ਕਰਨਾ ਕਰਨ ਵੀ ਉਂਗਲੀ ਮਾਰ ਕੇ ਲੱਗਿਆ ਦੇਖਣ ਵਿੱਚ ਅੱਛਾ ਇਹ ਚੀਜ਼ ਹੈਗਾ ਪਤਾ ਚਲੋ ਜੀ ਆਹ ਤਾਂ ਸਾਡੇ ਗੰਨੇ ਦਾ ਹਿਸਾਬ ਕਿਤਾਬ ਹੈਗਾ ਬਾਕੀ ਦੇਖਦੇ ਹੁਣ ਅੱਗੇ ਕਿਆ ਕਿਆ ਬਣਦਾ ਹਾਲੇ 'ਚ ਡੌਲਾਂ ਸਾਡੇ ਬਾਈ ਨੇ ਪਾਈਆਂ ਨਹੀਂ ਹੈਗੀਆਂ ਸਾਨੂੰ ਕਹਿੰਦਾ ਰੁਪਿੰਦਰ ਸਿੰਘ ਰੱਖੜ ਬੁੱਗਾ ਕਹਿੰਦਾ ਡੌਲਾ ਮੈਂ ਪਾਊਂਗਾ ਬਾਈ ਤੁਸੀਂ ਹੱਥ ਕਹਿੰਦਾ ਆਪਣਾ ਜਾਓ ਘਰ ਨੂੰ ਹੱਥ ਹੱਥ ਖੜੇ ਕਰ ਲਓ ਕਹਿੰਦਾ ਤੁਸੀਂ ਡੌਲਾ ਨੂੰ ਹੱਥ ਖੜੇ ਕਰਤੇ ਸਮਝ ਲਓ ਇੱਕ ਦੇਖੇ ਦੇ ਉਹਨੇ ਇੱਕ ਰਿਸਪੋਂਸੀਬਿਲਟੀ ਲਿੱਤੀ ਤੀ ਉਹੀ ਨਿਭਾ ਤੀ ਉਹਨੇ ਡੌਲਾ ਪਾਤੀਆਂ ਬੱਲੇ ਬੱਲੇ ਇੰਨੀਆਂ ਡੌਲਾਂ ਥੋੜ੍ਹਾ ਪਾਉਣੀਆਂ ਤੀ ਯਾਰ ਜ਼ਿਆਦਾ ਹੀ ਪੈ ਗਈਆਂ ਜ਼ਿਆਦਾ ਹੀ ਪੈ ਗਈਆਂ ਉਹਨੇ ਸਾਨੂੰ ਇਹ ਪਾਉਣੀਆਂ ਪੈਣੀਆਂ ਉੱਥੇ ਮੈਨੂੰ ਲੱਗਦਾ ਹੋਰ ਹੜਿਆ ਪਿਆ ਮਿੱਟੀ ਮੁੱਟੀ ਜੀ ਉਹ ਪਰਲੀ ਸਾਈਡ ਹਾਂ ਉਹ ਪਹਿਲਾਂ ਖੜੀ ਵੀ ਜੀ ਫੇਰ ਦੇਖਿਆ ਇੱਕ ਵਾਰ ਜਾ ਕੇ ਜਾਂ ਮਾਰਿਆ ਗੇੜ ਮੜ ਜਾ ਵੀ ਬਾਰੀ ਪਹਿਲਾਂ ਨਾਲ ਤੱਕ ਨਹੀਂ ਲੱਗਦਾ ਉੱਧਰਲੀ ਸਾਈਡ ਸਿੱਲ ਜੀ ਜ਼ਿਆਦਾ ਪਾਣੀ ਧਰਤੀ ਚੁੱਥੀ ਨੂੰ ਜਾਈ ਜਾਂਦਾ ਮੈਨੂੰ ਲੱਗਦਾ ਲਾਈਨਾਂ ਤਾਂ ਇਹਨੂੰ ਦਿਖਾਉਣ ਲੱਗ ਗਈਆਂ ਬਾਕੀ ਮਹਾਰਾਜ ਕਿਰਪਾ ਰੱਖੇ ਵੀ ਜਿਹੜਾ ਉਹ ਕਹਿੰਦੇ ਵੀ ਵਧਣਾ ਇਹਨੇ ਜੜਾਂ ਬਣਾਉਣੀਆਂ ਲੱਗਦਾ ਇਹਨੂੰ ਉਹ ਵਧੀਆ ਜਿਹਾ ਬਣਾ ਜਾਵੇ ਬਸ ਆਪਣੇ ਬਲ 'ਤੇ ਮਿਹਨਤ ਪੂਰੀ ਆ ਬਾਕੀ ਮਹਾਰਾਜ ਦੇ ਹੱਥ ਬੜੇ ਆਈ ਆ ਸਿੱਧੀ ਗੱਲ ਆ ਤਾਂ ਐਂ ਤਾਂ ਪੂਰ ਹੋ ਗਈਆਂ ਜਦ ਤਾਂ ਇਹ ਬਹੁਤ ਦਿਖਦਾ ਤਾਂ ਲਵ ਬਾਜਾ ਵਿੱਚ ਨੂੰ ਚੱਲ ਕੋਈ ਨਹੀਂ ਦੇਖਦੇ ਹਾਂ ਜੀ ਅੱਗੇ ਕਿਆ ਬਣਦਾ ਉਸ ਤੋਂ ਬਾਅਦ ਜੀ ਘਰ ਤੋਂ ਆ ਗਿਆ ਫੋਨ ਜੈਸਮੀਨ ਕੌਰ ਦਾ ਉਹ ਕਹਿੰਦੀ ਵੀ ਕਰਨਵੀਰ ਨੂੰ ਛੇਤੀ ਤੋਂ ਛੇਤੀ ਘਰ ਪੁੱਜਦਾ ਕਰੋ ਵੀ ਉਹਦੀ ਮੈਡਮ ਦਾ ਫੋਨ ਆ ਰਿਹਾ ਵੀ ਸਕੂਲ ਭਾਈ ਉਹਦਾ ਲੱਗ ਗਿਆ ਮਹਾਂ ਵੀ ਉਹਨੂੰ ਪੁੱਛਿਆ ਨਹੀਂ ਤੁਸੀਂ ਵੀ ਸਵੇਰੇ ਤਾਂ ਤੁਸੀਂ ਮੈਸੇਜ ਕਰਿਆ ਛੁੱਟੀ ਆ ਉਹ ਕਹਿੰਦੇ ਵੀ ਉਹਦੇ ਵਾਸਤੇ ਸੋਰੀ ਵੀ ਹੁਣ ਕਲੀਅਰ ਕੱਟ ਹੋ ਗਿਆ ਵੀ ਸਰਕਾਰ ਵੱਲ ਤੋਂ ਇਹਨੂੰ ਪਰਮਿਸ਼ਨ ਆ ਗਈ ਵੀ ਕੱਲ੍ਹ ਦੀ ਛੁੱਟੀ ਆ ਅੱਜ ਦੀ ਨਹੀਂ ਹੈਗੀ ਛੁੱਟੀ ਉਹ ਨਹੀਂ ਹੋ ਗਿਆ ਬੜਾ ਬਾਦਲ ਬਾਕੀ ਵੀਡੀਓ ਕਰਦਾ ਜੀ ਮੈਂ ਇੱਥੇ ਬੰਦ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਜੀ।